ਸਕੀ ਮਾਸੀ ਦੇ ਪੋਤੇ ਨੂੰ ਕੈਨੇਡਾ ਭੇਜਣ ਦੇ ਸੁਪਨੇ ਵਿਖਾ ਕੇ ਕਾਂਗਰਸੀ ਆਗੂ ਦਵਿੰਦਰ ਸਿੰਘ ਰਣੀਆ ਨੇ ਟਰੈਵਲ ਏਜੰਟ ਨਾਲ ਮਿਲ ਕੇ 30 ਲੱਖ ਰੁਪਏ ਦੀ ਠੱਗੀ ਮਾਰੀ ਹੈ। ਪੀੜਤ ਨੇ ਦੱਸਿਆ ਕਿ ਦਵਿੰਦਰ ਸਿੰਘ ਰਣੀਆ ਨੇ ਪਹਿਲਾਂ ਮੇਰੇ ਮੁੰਡੇ ਨੂੰ ਅਮਰੀਕਾ ਭੇਜਣ ਦਾ ਕਹਿ ਕੇ 12 ਲੱਖ ਰੁਪਏ ਲਏ ਤੇ ਫਿਰ ਬਾਅਦ ਵਿੱਚ ਕੈਨੇਡਾ ਭੇਜਣ ਦਾ ਲਾਲਚ ਦੇ ਕੇ 18 ਲੱਖ ਰੁਪਏ ਲੈ ਲਏ। 2 ਸਾਲ ਖੱਜਲ ਖੁਆਰ ਕਰਨ ਤੋਂ ਬਾਅਦ ਜਾਲੀ ਵੀਜ਼ਾ ਲਗਵਾ ਦਿੱਤਾ, ਨਾ ਤਾਂ ਪੁੱਤ ਵਿਦੇਸ਼ ਗਿਆ ਤੇ ਨਾ ਹੀ ਕਾਂਗਰਸੀ ਆਗੂ ਨੇ ਮੇਰੇ ਪੈਸੇ ਵਾਪਸ ਕੀਤੇ ਤੇ ਨਾਲ ਹੀ ਸਿਆਸੀ ਦਬਦਬਾ ਹੋਣ ਦੇ ਚੱਲਦੇ ਪਹਿਲਾਂ ਤਾਂ ਇਸ ਖਿਲਾਫ਼ ਕੋਈ ਕੇਸ ਦਰਜ ਕਰਨ ਨੂੰ ਵੀ ਤਿਆਰ ਨਹੀਂ ਸੀ। ਉੱਥੇ ਇਸ ਦੀ ਠੱਗੀ ਨੂੰ ਨਾ ਸਹਾਰਦਿਆਂ ਮੇਰੀ ਪਤਨੀ ਵੀ ਮਰ ਗਈ। ਹੁਣ ਜਾ ਕੇ ਕਿਤੇ ਪੁਲਿਸ ਨੇ ਮੇਰੀ ਸ਼ਿਕਾਇਤ ਸੁਣੀ ਤੇ ਦਵਿੰਦਰ ਸਿੰਘ ਰਣੀਆ ਤੇ ਇੱਕ ਟਰੈਵਲ ਏਜੰਟ ਖਿਲਾਫ਼ ਮਾਮਲਾ ਦਰਜ ਕੀਤਾ ਗਿਆ। ਪੀੜਤ ਨੇ ਦੱਸਿਆ ਕਿ ਦਵਿੰਦਰ ਸਿੰਘ ਰਣੀਆ ਉਸਦੀ ਮਾਸੀ ਦਾ ਪੁੱਤ ਹੈ ਤੇ ਆਪਣੇ ਮੁੰਡੇ ਗੁਰਪ੍ਰੀਤ ਨੂੰ ਵਿਦੇਸ਼ ਭੇਜਣ ਦੀ ਗੱਲ ਇਸਨੇ ਉਸ ਨਾਲ ਕੀਤੀ ਸੀ। ਉਸ ਤੋਂ ਬਾਅਦ ਇਸਨੇ ਟਰੈਵਲ ਏਜੰਟ ਸੁੱਚਾ ਸਿੰਘ ਨੂੰ ਸੱਦ ਕੇ 30 ਲੱਖ ਰੁਪਏ ਵਿੱਚ ਸੌਦਾ ਤੈਅ ਕਰਵਾ ਦਿੱਤਾ। 12 ਲੱਖ ਲੈ ਕੇ ਅਮਰੀਕਾ 'ਚ ਫਾਈਲ ਲਗਵਾ ਦਿੱਤੀ ਪਰ ਅੰਬੈਸੀ ਨੇ ਵੀਜ਼ਾ ਨਹੀਂ ਦਿੱਤਾ। ਪਰ ਫਿਰ ਕੈਨੇਡਾ ਭੇਜਣ ਲਈ ਰਾਜ਼ੀ ਕਰ 18 ਲੱਖ ਰੁਪਏ ਹੋਰ ਲੈ ਲਏ। ਜਦੋਂ ਗੁਰਪ੍ਰੀਤ ਏਅਰਪੋਰਟ ਪਹੁੰਚਿਆ ਤਾਂ ਇਮੀਗ੍ਰੇਸ਼ਨ ਅਧਿਕਾਰੀਆਂ ਨੇ ਜਾਲੀ ਵੀਜ਼ਾ ਹੋਣ ਕਰਕੇ ਉਸਨੂੰ ਵਾਪਸ ਮੋੜ ਦਿੱਤਾ। ਫਿਰ ਜਦੋਂ ਕਾਂਗਰਸ ਆਗੂ ਦੇ ਘਰ ਜਾਲੀ ਵੀਜ਼ੇ ਸੰਬੰਧੀ ਗੱਲ ਕਰਨ ਗਿਆ ਤਾਂ ਉਸਨੇ ਪਾਸਪੋਰਟ 'ਚੋਂ ਜਾਲੀ ਵੀਜ਼ੇ ਦਾ ਸਟਿੱਕਰ ਫਾੜ ਦਿੱਤਾ। ਸਿੰਘ ਰਣੀਆ ਜੀ ਸਾਡੀ ਮਾਸੀ ਦਾ ਪੋਤਾ, ਉਹਨੇ ਸੁੱਚਾ ਸਿੰਘ ਘੱਲ ਕਲਾ ਨੂੰ ਨਾਲ ਲੈ ਕੇ ਜੀ ਮੇਰੇ ਮੁੰਡੇ ਨੂੰ ਵਿਦੇਸ਼ ਭੇਜਣ ਦੀ ਖਾਤਰ ਸਭ ਤੋਂ ਪਹਿਲਾਂ 12 ਲੱਖ ਲੈ ਲਿਆ। ਕਹਿੰਦਾ ਮੈਂ ਅਮਰੀਕਾ ਭੇਜਦਾ, ਬਾਅਦ ਦੇ ਵਿੱਚ ਕਹਿੰਦਾ ਜੀ ਕਹਿੰਦਾ ਇੱਥੇ ਬਣ ਨਹੀਂ ਰਿਹਾ, ਕਹਿੰਦਾ ਮੈਂ ਕੈਨੇਡਾ ਭੇਜ ਦਿੰਦਾ 18 ਲੱਖ ਫੇਰ ਲੈ ਕੇ। ਉਹ ਸਾਰਾ ਕੁਛ ਜਾਲੀ ਨਿਕਲਿਆ, ਏਅਰਪੋਰਟ ਤੋਂ ਵਾਪਸ ਆ ਕੇ ਟਿਕਟ ਵਗੈਰਾ ਸਾਰਾ ਕੁਛ ਕਰਾਇਆ ਸੀਗਾ ਜੀ ਸਾਡਾ ਇਹਨੇ, ਤੇ ਇਹਨੇ ਉਹ ਸਟਿੱਕਰ ਵੀ ਪੜਤਾ ਜੀ ਪਾਸਪੋਰਟ ਤੋਂ। ਪੈਸਿਆਂ ਦੀ ਸੇਫਟੀ ਵਾਸਤੇ ਇਹਨਾਂ ਨੇ ਤੁਹਾਨੂੰ ਕੋਈ ਚੈੱਕ ਵਗੈਰਾ ਵੀ ਦਿੱਤਾ? ਹਾਂ ਜੀ, ਚੈੱਕ ਵੀ ਦਿੱਤਾ ਜੀ, ਉਹ ਵੀ ਬਾਊਂਸ ਹੋ ਗਿਆ ਜੀ ਚੈੱਕ ਵੀ, ਉਹਦੀਆਂ ਰਸੀਦਾਂ ਮੇਰੇ ਕੋਲ ਚੈੱਕ ਦੀਆਂ। ਅੱਛਾ ਜੀ, ਹਾਂ ਜੀ। ਇਹ ਪੈਸੇ ਤੁਸੀਂ ਕਿਸ ਤਰ੍ਹਾਂ ਦਿੱਤੇ ਇਹਨਾਂ ਨੂੰ? ਪੈਸੇ 12 ਲੱਖ ਤਾਂ ਜੀ ਪਹਿਲਾਂ ਦਿੱਤਾ ਅਮਰੀਕਾ ਦੀ ਖਾਤਰ, 18 ਲੱਖ ਬਾਅਦ ਦੇ ਵਿੱਚ ਦਿੱਤਾ, ਇਹਦੇ ਘਰੇ ਹੀ ਦਿੱਤੇ ਜੀ ਦਵਿੰਦਰ ਸਿੰਘ ਰਣੀਆ ਦੇ ਘਰੇ ਬਹਿ ਕੇ। ਕਿਹੜੀ ਪਾਰਟੀ ਨੂੰ? ਕਿਹੜੀ ਨੂੰ? ਇਹ ਕਾਂਗਰਸ ਪਾਰਟੀ ਦੇ ਨਾਲ ਪਰਿਵਾਰ ਦੇ ਜੀ ਵੀ ਮਰ ਗਏ? ਹਾਂਜੀ, ਮੇਰੇ ਘਰ ਵਾਲੀ ਦੀ ਡੈਥ ਹੋ ਗਈ ਇਹਦੇ ਫਿਕਰ ਦਾ ਕਰਕੇ। 18 10 18 ਨੂੰ ਉਹ ਵਿਚਾਰੀ ਬਹੁਤ ਜ਼ਿਆਦਾ ਫਿਕਰ ਕਰਨ ਲੱਗ ਗਈ ਜੀ, ਜਦੋਂ ਇੰਨਾ ਰੁਪਈਆ ਚੜਿਆ ਗਿਆ ਸੀ ਵਿਚਾਰੀ ਦੀ ਡੈਥ ਹੋ ਗਈ ਹੈ। ਅੱਛਾ, ਕਿਹਨੂੰ ਬਾਹਰ ਭੇਜਣਾ, ਕਿਹਨੂੰ ਸੀ ਤੁਸੀਂ? ਮੈਂ ਆਪਣੇ ਪੁੱਤਰ ਗੁਰਪ੍ਰੀਤ ਸਿੰਘ ਨੂੰ ਭੇਜਣਾ ਸੀ, ਉਹ 12ਵੀਂ ਕਲਾਸ ਕਰਕੇ ਆਈਲੈਟਸ ਕੀਤੀ ਵੀ ਸੀਗੀ ਜੀ, ਬਹੁਤ ਘੋਸ਼ ਕੀਤੀ ਵੀ ਚੱਲ ਤੂੰ ਪੈਸੇ ਹੀ ਸਾਡੇ ਵਾਪਸ ਕਰ ਦੇ। ਅੱਛਾ, ਅਤੇ ਇਹਨੇ ਕੁਛ ਨਹੀਂ ਕੀਤਾ। ਅੰਤ ਨੂੰ ਜੀ ਸਾਨੂੰ ਫਿਰ ਹੁਣ ਆਹ ਪੁਲਿਸ ਦੇ ਹੋ ਕੇ ਪਰਚਾ ਹੁਣ ਹੋਇਆ ਜੀ ਇਹਦਾ ਪਰਚਾ। ਅੱਛਾ, ਕਿਹੜੀਆਂ ਧਾਰਾਵਾਂ ਤਹਿਤ ਪਰਚਾ ਕੀਤਾ ਗਿਆ ਜੀ? ਇਹਦੇ ਉੱਤੇ 420 ਅਤੇ 406 ਧਾਰਾਂ। ਅੱਛਾ, ਹਾਂਜੀ, ਹੁਣ ਹੋਇਆ ਪਰਚਾ? ਹਾਂਜੀ, ਹੁਣ ਹੋਇਆ 17। ਕੀ ਚਾਹੁੰਦੇ ਕੀ ਹੋ ਤੁਸੀਂ? ਅਸੀਂ ਤਾਂ ਇਨਸਾਫ਼ ਹੀ ਚਾਹੁੰਦੇ ਹਾਂ ਜੀ, ਸਾਨੂੰ ਪੂਰਾ ਇਨਸਾਫ਼, ਸਾਡੇ ਪੈਸੇ ਮਿਲਣੇ ਚਾਹੀਦੇ ਆ। ਇਹ ਧੋਖੇਬਾਜ਼ ਬੰਦਿਆਂ ਨੂੰ ਜੇਲ੍ਹਾਂ 'ਚ ਡੱਕਣਾ ਚਾਹੀਦਾ ਜੀ, ਗਾਂਹ ਨੂੰ ਕਿਸੇ ਨਾ ਹੋਰ, ਨਾ ਇਹ ਜੀ ਠੱਗੀ ਨਾ। ਦੂਜੇ ਪਾਸੇ ਪੁਲਿਸ ਨੇ ਦੱਸਿਆ ਕਿ ਸਾਡੇ ਕੋਲ ਲਿਖਤੀ ਸ਼ਿਕਾਇਤ ਆਈ ਸੀ, ਜਿਸਦੇ ਆਧਾਰ 'ਤੇ ਪੜਤਾਲ ਕੀਤੀ ਗਈ ਅਤੇ ਦਵਿੰਦਰ ਸਿੰਘ ਰਣੀਆ ਅਤੇ ਉਸਦੇ ਸਾਥੀ ਖਿਲਾਫ਼ ਮਾਮਲਾ ਦਰਜ ਕਰ ਲਿਆ ਗਿਆ। ਇੱਕ ਸੇਵ ਸਿੰਘ ਨੇ ਰਸੂਲਪੁਰ ਮੁਹੱਲੇ ਦੇ, ਉਹਨਾਂ ਨੇ ਇੱਕ ਦਰਖਾਸਤ ਦਿੱਤੀ ਸੀ ਮਾਨਯੋਗ SSP ਸਾਹਿਬ ਨੂੰ, ਮੇਰੇ ਲੜਕੇ ਨੂੰ ਬਾਹਰ ਭੇਜਣ ਦਾ ਚਾਂਸਾ ਦੇ ਕੇ 30 ਲੱਖ ਰੁਪਏ ਦੀ ਮੇਰਾ ਠੱਗੀ ਵੱਜੀ ਹੈ। ਅਤੇ ਉਹਦੀ ਪੜਤਾਲ ਕਰਨ ਤੋਂ ਬਾਅਦ ਜਿਹੜਾ CT1 ਦੇ ਵਿੱਚ ਮੁਕੱਦਮਾ ਦਰਜ ਹੋਇਆ, ਇਹ ਮੁਕੱਦਮਾ ਦੋ ਵਿਅਕਤੀ ਜਿਹੜੇ ਦਵਿੰਦਰ ਸਿੰਘ ਰਣੀਆ ਅਤੇ ਸੁੱਚਾ ਸਿੰਘ ਘੱਲ ਕਲਾਂ ਦੇ ਖਿਲਾਫ਼ ਮੁਕੱਦਮਾ ਦਰਜ ਹੋਇਆ ਅਤੇ ਉਹਦੀ ਤਫ਼ਤੀਸ਼ ਕਰ ਰਹੇ। ਜੇ ਕੋਈ ਗ੍ਰਿਫਤਾਰੀ ਹੋਈ ਹੁਣ ਤੱਕ ਜੀ? ਨਹੀਂ, ਅਜੇ ਇਹਦੇ 'ਚ ਕੋਈ ਗ੍ਰਿਫਤਾਰੀ ਨਹੀਂ। ਇਹ ਹੈ ਕਾਹਦਾ ਮਾਮਲਾ, ਕੀ ਬਾਹਰ ਭੇਜਣ ਦਾ ਸੀਗਾ ਜੀ? ਬਾਹਰ ਭੇਜਣ ਦਾ ਝਾਂਸਾ ਦੇ ਕੇ ਕਹਿੰਦੇ ਸਾਡੇ ਨਾਲ ਠੱਗੀ ਵੱਜੀ ਹੈ 30 ਲੱਖ ਰੁਪਏ। ਕਿੰਨੇ ਹੀ ਸ਼ਰਮ ਦੀ ਗੱਲ ਹੈ ਕਿ ਇਹਨਾਂ ਸਿਆਸੀ ਆਗੂਆਂ ਨੂੰ ਲੋਕਾਂ ਨੂੰ ਲੁੱਟਦੇ ਤਾਂ ਸੁਣਿਆ ਸੀ, ਪਰ ਇਹ ਲੋਕ ਆਪਣਿਆਂ ਨੂੰ ਵੀ ਲੁੱਟ ਕੇ ਖਾਂਦੇ ਨੇ, ਇਹ ਮਾਮਲਾ ਪਹਿਲੀ ਵਾਰ ਸਾਹਮਣੇ ਆਇਆ। ਮੋਗਾ ਤੋਂ ਜੋਗਿੰਦਰ ਸਿੰਘ ਦੀ ਰਿਪੋਰਟ, ਡੇਲੀ ਪੋਸਟ, ਪੰਜਾਬੀ।
ਸਤਿ ਸ਼੍ਰੀ ਅਕਾਲ। ਜੇ ਤੁਸੀਂ ਕੈਨੇਡਾ ਸਟੂਡੈਂਟ ਵੀਜ਼ੇ 'ਤੇ ਜਾਣਾ ਚਾਹੁੰਦੇ ਹੋ ਤਾਂ ਜਨਵਰੀ 2020 ਦੇ ਦਾਖਲੇ ਖੁੱਲ੍ਹ ਚੁੱਕੇ ਹਨ। ਯੂਨੋ SDS ਨੋਨ SDS ਯੂਨੀਵਰਸਿਟੀ ਪ੍ਰਣਾਲੀ ਦੇ ਅੰਦਰ ਤੁਸੀਂ ਜਨਵਰੀ ਸੈਸ਼ਨ ਦੇ ਲਈ ਦਾਖਲਾ ਲੈ ਕੇ ਟਾਈਮ ਸਿਰ ਆਪਣਾ ਵੀਜ਼ਾ ਫਾਈਲ ਕਰ ਸਕਦੇ ਹੋ ਔਰ ਕੈਨੇਡਾ ਜਾਣ ਦੇ ਆਪਣੇ ਸੁਪਨੇ ਨੂੰ ਸਾਕਾਰ ਕਰ ਸਕਦੇ ਹੋ। ਕੀ ਤੁਸੀਂ ਕੈਨੇਡਾ ਜਾ ਕਰਕੇ ਪੜ੍ਹਾਈ ਕਰਨਾ ਚਾਹੁੰਦੇ ਹੋ? ਆਇਲਸ ਇੱਕ ਮਡਿਊਲ 5.5 ਬੈਂਡ ਹੋਣ ਕਰਕੇ ਸਪਨਾ ਤੁਹਾਡਾ ਪੂਰਾ ਨਹੀਂ ਹੋ ਪਾ ਰਿਹਾ? ਆਪਣੇ ਸ਼ਹਿਰ 'ਚ ਹੋ ਰਹੇ ਸੈਮੀਨਾਰ ਦਾ ਹਿੱਸਾ ਬਣੋ। ਹੁਣੇ ਕਾਲ ਕਰੋ 90419 90419।